ताकते रहते तुझको सांझ सवेरे माछे नू भेजे मौलवी लियान पता नहीं किथे मर गया है वे माछिया हां जी बीबी जी तेनू काम भेजिया सी ओए काम तो मैं करया है जी पर थोड़ी जी गड़बड़ हो गई ओ की ओ मौलवी निकाह छुट्टी ते गया सी ते मैं फौतगी वाला लै आया ओ तेरी ओ तुसी परेशान ना हो निकाह बड़ा सही पड़ा मैं हुणी ओनू लै के आऊं जा खेती जा अस्सलाम वालेकुम या अहलन कबूर अस्सलाम वालेकुम या अहलन कबूर मौलवी साहब किधर चले हो मैं क्या कबर कुबर ही रह गया ये ओ केड़ी कबर मिट्टी शिट्टी पा दी है ओ सारा कुछ हो गया तुसी आओ इत्थे निकाह पड़ा तू किथे खड़ी है बैठते हो बैठ दे मौलवी साहब की गल है इंसान बड़ा मल्ला लतीफा बाद चाहे हो यही बगैर नहीं असि इतने करने चलो उठो लो उठा निकाह पड़ाओ जल्दी करो यार बीबी तो देख लेने दे बीबी बाद चेखी निकाह पड़ा फोन आ गया हेलो भाई जी भाई मैं कल दे दूंगा पैसे मैं थोड़े घरे भी देखे बदमाश आप लत्तां तोड़ देंगे अच्छा अपना निकाह शुरू कर दे मरहूम का ना की मरहूम मेरा मतलब मुंडे का ना मुंडे का चौधरी शेर चतड़ कितने चतड़
ਅੱਛਾ ਤੇ ਚੌਧਰੀ ਸ਼ੇਰ ਅਲੀ ਚੱਦੜ ਤੇ ਆਪਣਾ ਮਰਹੂਮ ਦੀ ਉਮਰ ਕਿੰਨੀ ਉਮਰ ਪੁੱਛ ਰਹੇ ਉਮਰ ਕਿੰਨੀ ਲਿਖੋ ਲਗਾਓ 21 ਸਾਲ 21 ਸਾਲ ਰਾਤਾਂ ਕੱਢ ਕੇ ਤੇ ਇਹ ਰਾਤਾਂ ਕੱਢੀਆਂ ਕਿੱਥੇ ਨੇ ਚੈੱਕ ਕਰੋ ਸਾਲਾਂ ਦਾ ਅੱਛਾ ਤੇ ਮਰਹੂਮ ਦੇ ਵਾਲਦ ਦਾ ਕੀ ਨਾਮ ਅੱਬਾ ਜੀ ਦਾ ਨਾਮ ਪੁੱਛ ਰਹੇ ਨੇ ਲਿਖਾਓ ਮਲਕ ਮਨਜ਼ੂਰ ਅਹਿਮਦ ਖਗਾ ਪੁੱਤਰ ਚੱਦੜ ਤੇ ਪਿਓ ਖਗਾ ਕਿੰਨੀਆਂ ਜ਼ਾਤਾਂ ਇਕੱਠੀਆਂ ਕੀਤੀਆਂ ਮੈਨੂੰ ਕੀ ਪਤਾ ਐਵੇਂ ਦੱਸਿਆ ਸੀ ਮਲਕ ਪਰਵੇਸ਼ਿਆ ਖਗਾ ਜੀ ਜਾਣੇ ਮਨ ਕਿਆ ਹਾਲ ਹੈ ਅੱਛਾ ਤਿਆਰ ਹੋ ਗਈ ਹੋ ਚਲੋ ਇੱਕ ਫੋਟੋ ਤਾਂ ਸੈਂਡ ਕਰੋ ਫਿਰ ਵਟਸਐਪ ਤੇ ਅੱਛਾ ਹਸਬੈਂਡ ਚਲਾ ਗਿਆ ਤੁਹਾਡਾ ਬੰਦਾ ਗਿਆ ਤੇਰਾ ਚਲਾਇਆ ਮੈਂ ਚੱਲ ਮੈਂ ਬਾਅਦ ਚ ਆਉਣਾ ਜ਼ਰਾ ਨਿਕਾਹ ਪੜਾ ਹਾਏ ਮਿਸ ਯੂ ਟੂ ਓਏ ਹੋਏ ਗਾਨਾ ਤੇ ਮੈਂ ਭੋਲੀ ਗਈ ਸਬਰ ਕਰ ਲਿਆਨੀ ਆ ਤੂੰ ਤੇ ਨਾ ਪਰ ਸੁਣਿਓ ਆਪਣਾ ਕੀ ਨਾਂ ਮੈਂ ਨਾਂ ਹੀ ਪੁੱਛਿਆ ਕੀ ਹੋ ਗਿਆ ਤੇਰੀ ਨਾਂ ਕੀ ਸੁਣਿਓ ਸ਼ੀਲਾ ਸ਼ੀਲਾ ਹਾਏ ਮੌਲਵੀ ਸ਼ਰਮ ਨਹੀਂ ਆਈ ਤੈਨੂੰ ਯਾਦ ਮਤ ਮਾਰ ਮੌਲਵੀ ਚ ਦਿਲ ਨਹੀਂ ਹੁੰਦਾ ਦਿਲ ਨਹੀਂ ਹੁੰਦਾ ਆਪਣੀ ਤਾਂ ਲੈ ਆਉਣਾ ਸੀ ਚਲੋ ਵੀ ਸਾਰੇ ਵੇਲੇ ਰਲ ਕੇ ਫਾਤਿਆ ਕਰ ਲਈ ਚੁੱਕੋ ਮੰਜੀ ਦੋ ਅੱਗੋਂ ਤੇ ਦੋ ਪਿੱਛੋਂ ਨਹੀਂ ਮੌਲਵੀ ਦੀ ਚੁੱਕ ਅੱਛਾ ਚਲੋ ਸਾਰੇ ਰਿਸ਼ਤੇਦਾਰ ਮੌਜੂਦ ਨੇ ਮਰਹੂਮ ਕੋਲੋਂ ਕਿਸੇ ਨੇ ਕੁਝ ਲੈਣਾ ਹੋਵੇ ਤੂੰ ਮੇਰੇ ਕੋਲ ਮਾਰ ਖਾ ਲੈ ਉਹਨੇ ਨਹੀਂ ਉਹ ਭਰਾਵਾ ਉਹ ਮੂੰਹ ਦਿਖਾਈ ਦੀ ਗੱਲ ਕਰ ਰਹੇ ਅੱਛਾ ਅੱਛਾ ਲਓ ਫਿਰ ਟੱਕੋ ਟੱਕੋ ਸਾਰੇ ਟੱਕੋ ਆ ਮੇਰਾ ਸਿਰ ਫਸ ਗਿਆ ਹਾਂਜੀ ਮਰਹੂਮ ਨੂੰ ਕਿਸੇ ਨੇ ਕੁਝ ਦੇਣਾ ਹੋਵੇ ਦੁਆ ਕਰ ਲਈਏ ਫਿਰ ਫਾਈਨਲੀ ਹੁਣ ਤਾਂ ਕਰ ਲੈਣ ਦੇ ਚਲੋ ਜੀ ਮਰਹੂਮ ਫਾਤਿਹਾ ਹੋ ਜਾਓ ਮਾਲਵੀ